ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਬੇਨਤੀ ਲੱਗਿਆਂ ਕਰਨ ਜਿਹੜੀ ਇੱਕ ਭਿਆਨਕ ਬਿਮਾਰੀ ਜੀ ਚੱਲੀ ਆ ਪਸ਼ੂਆਂ ਨੂੰ ਪਹਿਲਾਂ ਤਾਂ ਉਹ ਬਿਮਾਰੀ ਹੈਗੀ ਸੀ ਗਾਵਾਂ ਨੂੰ ਗਾਵਾਂ ਤੋਂ ਸਹਿਜੇ ਮੱਝਾਂ ਨੂੰ ਵੀ ਆ ਰਹੀ ਹੈ ਜੀ ਆਹ ਵੀਰ ਆਪਣਾ ਪਿੰਡ ਸਭਰਾ ਤੋਂ ਸਾਰੀ ਗੱਲ ਆਪਾਂ ਵੀਰ ਨੂੰ ਜਾਣਦੇ ਹਾਂ ਜੀ ਇਹਨੇ ਪੈਸੇ ਵੀ ਕਾਫੀ ਲਾ ਚੁੱਕਾ ਵਾ ਅਤੇ ਬਾਕੀ ਡਾਕਟਰ ਦੀ ਵੀ ਜਾਣਕਾਰੀ ਲੈਂਦਾ ਵੀ ਕਦੇ ਜਦੋਂ ਦੇ ਇਹ ਵਿਚਾਰੇ ਆਏ ਆ ਵੀ ਡਾਕਟਰ ਵੀ ਬਿਲਕੁਲ ਨਹੀਂ ਸਾਡੇ ਨਾ ਮੇਰੇ ਨਾ ਕਿਤੇ ਵੀ ਬੈਂਕਾਂ ਦੇ ਵਿੱਚ ਸਾਡੇ ਤਾਂ ਨਹੀਂ ਆਇਆ ਬਾਕੀ ਵੀਰ ਤੋਂ ਵੀ ਜਾਣਦੇ ਹਾਂ ਵੀ ਤੁਹਾਡੇ ਕਦੀ ਵੀ ਗਲ ਘੋਟੂ ਜਾਂ ਟੀਕੇ ਲਾਉਣ ਕਦੀ ਡਾਕਟਰ ਆਏ ਆ ਕਿ ਨਹੀਂ ਆਏ ਆ ਜਿਹੜੀ ਬਿਮਾਰੀ ਲੱਗੀ ਆ ਵਿਖਾਓ ਝੋਟੀ ਨੂੰ ਇਹ ਗਾਵਾਂ ਤੋਂ ਸਹਿਜੇ ਲੱਗੀ ਆ ਵੀਰ ਦੀ ਇੱਕ ਗਾਂ ਵੀ ਮਰ ਗਈ ਹੈ ਜੀ ਅਤੇ ਬਾਕੀ ਆਪਾਂ ਸਾਰੀ ਗੱਲ ਵੀਰ ਤੋਂ ਵੀ ਜਾਣਦੇ ਹਾਂ ਕਹਿੰਦੀ ਅਜੇ ਵੀ ਗਾਵਾਂ ਕਿੰਨੀਆਂ ਬਿਮਾਰ ਅਜੇ ਪਈਆਂ ਦੋ ਗਾਵਾਂ ਬਿਮਾਰ ਆ ਅਤੇ ਦੋ ਝੋਟੀਆਂ ਨੂੰ ਇਹ ਹੋ ਗਈ ਆ ਜੀ ਤੁਹਾਨੂੰ ਸਾਰੇ ਵਿਖਾਉਣੇ ਆ ਜੀ ਤੇ ਬਾਕੀ ਵੀਰ ਦੀ ਜਿਹੜੀ ਸਾਰੀ ਗੱਲਬਾਤ ਹੈ ਹੋਰ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਨਾ ਅਵਤਾਰ ਸਿੰਘ ਜ਼ਿਆਦਾ ਇਲਾਜ ਮੈਂ ਗਾਵਾਂ ਦਾ ਵੀ ਕਰਾ ਚੁੱਕਾ ਹਾਂ ਮੱਝਾਂ ਦਾ ਵੀ ਇਹਨਾਂ ਦੋ ਝੋਟੀਆਂ ਨੂੰ ਹੋ ਗਈ ਵੀਰ ਜੀ ਗਾਂ ਇੱਕ ਮੇਰੀ 15 ਲੀਟਰ ਦੁੱਧ ਦਿੰਦੀ ਸੱਜਰ ਸੂਈ ਅੱਜ ਉਹ ਪੂਰੀ ਹੋ ਗਈ ਹੈ ਜੀ ਦੋ ਗਾਵਾਂ ਹੋਰ ਪਈਆਂ ਜੀ ਬਹੁਤ ਜ਼ਿਆਦਾ ਮੇਰੀ ਕਿਸੇ ਨਾ ਕਿਸੇ ਤਰ੍ਹਾਂ ਮਦਦ ਕੀਤੀ ਜਾਵੇ ਅਤੇ ਆਪਣਾ ਸਰਕਾਰੀ ਡਾਕਟਰ ਅਜੇ ਤੱਕ 10 ਸਾਲ ਹੋ ਗਏ ਆਪਣੀ ਬੈਗ ਤੱਕ ਨਾ ਕੋਈ ਗਲ ਘੋਟੂ ਨਾ ਕਿਸੇ ਤਰ੍ਹਾਂ ਦਾ ਵੀ ਕੋਈ ਸਰਕਾਰੀ ਡਾਕਟਰ ਆਪਣੇ ਅਜੇ 10 ਸਾਲਾਂ ਤੱਕ ਕੋਈ ਵੜਿਆ ਹੀ ਨਹੀਂ ਗਾ ਅਤੇ ਨਾ ਹੀ ਕਦੀ ਕਿਸੇ ਨੇ ਸਾਰ ਲਈ ਹੈ ਜੀ ਤੇ ਜਿਹੜੀ ਗਾਂ 15 ਲੀਟਰ ਦੁੱਧ ਦਿੰਦੀ ਸੀ ਹਾਂਜੀ 15 ਲੀਟਰ ਕਿੰਨੇ ਕੁ ਪੈਸੇ ਲਾ ਚੁੱਕੇ ਤੁਸੀਂ ਇਲਾਜ ਦੇ ਹਿਸਾਬ ਨਾਲ ਕਿੰਨਾ ਸਾਨੂੰ 16-17 ਸਾਲ ਲਗਭਗ ਤੁਹਾਨੂੰ ਇੱਥੇ ਆਇਆ ਨੂੰ ਹੋ ਗਏ ਹੋਣਗੇ ਨਾ ਅਤੇ ਅਜੇ ਤੱਕ ਕਦੀ ਨਹੀਂ ਡਾਕਟਰ ਬੋੜਿਆ ਹਿਸਾਬ ਨਾਲ ਜਦੋਂ ਦਾ ਇੱਕ ਦੋ ਵਾਰ ਉਦੋਂ ਬਾਅਦ 5-6-7 ਸਾਲ ਤਾਂ ਮੈਨੂੰ ਹੋ ਗਏ ਦੇਖਦੇ ਨੂੰ ਵੀ ਸਾਡੀ ਬੈਗ 'ਚ ਵੀ ਨਹੀਂ ਗਿਆ ਆਪਣੇ ਕਿੰਨਾ ਚਿਰ ਹੋ ਗਿਆ ਡਾਕਟਰ ਆਪਣੇ ਘੱਟੋ ਘੱਟ 10 ਸਾਲ ਹੋ ਗਏ ਆਪਣੇ ਕੋਈ ਡਾਕਟਰ ਨਹੀਂ ਆਇਆ ਆਪਾਂ ਪ੍ਰਾਈਵੇਟ ਇਲਾਜ ਕਰਾਉਂਦੇ ਹਾਂ ਪ੍ਰਾਈਵੇਟ ਡਾਕਟਰ ਸਾਥ ਦੇ ਕੇ ਉਹ ਸਿਰਫ ਇੱਕ ਉੱਜੜਨ ਜੋ ਬਹੁਤ ਜ਼ਿਆਦਾ ਮੈਂ ਉੱਜੜ ਉੱਜੜ ਕੇ ਹੱਥ ਖੜ੍ਹੇ ਹੋ ਗਏ ਅੱਜ ਮੇਰੇ ਬਿਲਕੁਲ ਹੀ ਇੱਕ ਗਾਂ ਪੂਰੀ ਹੋ ਗਈ ਬਾਕੀ ਵੀ ਇਲਾਜ ਹੋ ਗਏ ਕੋਈ ਹੁਣ ਕਿਸੇ ਤਰ੍ਹਾਂ ਦੀ ਗੁਜਾਇਸ਼ ਨਹੀਂ ਰਹੀ ਹਾਰ ਕੇ ਮੈਂ ਆਹ ਵੀਡੀਓ ਬਣਾ ਰਿਹਾ ਜੀ ਬਿਲਕੁਲ ਜੀ ਵੀਰਾਂ ਦਾ ਮੈਂ ਕਦੀ ਜ਼ਿੰਦਗੀ 'ਚ ਨਹੀਂ ਰੋਇਆ ਜਿੰਨਾ ਅੱਜ ਰੋਇਆ ਆਉਂਦਾ ਮੈਂ ਕਦੀ ਜ਼ਿੰਦਗੀ 'ਚ ਨਹੀਂ ਰੋਇਆ ਬਾਕੀ ਕੋਈ ਗੱਲ ਨਹੀਂ ਵਾਹਿਗੁਰੂ ਸੱਚੇ ਪਾਤਸ਼ਾਹ ਕਿਉਂਕਿ ਦੁੱਖ ਬੜਾ ਹੁੰਦਾ ਜਿਵੇਂ ਆਪਾਂ ਡੰਗਰ ਜਾਂ ਕੋਈ ਵੀ ਆਪਾਂ ਜਾਨਵਰ ਪਾਲਦੇ ਹਾਂ ਹਿਸਾਬ ਨਾਲ ਪੁੱਤਾਂ ਵਾਂਗੂ ਪਿਆਰ ਨਾਲ ਪਾਲੀਦਾ ਆਹ ਹੁਣ ਜਿਹੜੀ ਝੋਟੀ ਆ ਬਿਲਕੁਲ ਆ ਵੇਖੋ ਕਿੰਨਾ ਜ਼ਖਮ ਵਿਚਾਰੀ ਦੇ ਸਹਿਜੇ ਗਾਵਾਂ ਤੋਂ ਮੱਝਾਂ ਨੂੰ ਵੀ ਆ ਰਹੀ ਆ ਵੀਰ ਜੀ ਮੱਝਾਂ ਨੂੰ ਵੀ ਆ ਰਹੀ ਆ ਅਤੇ ਬਾਕੀ ਕੀ ਸਰਕਾਰ ਕੋਲ ਕੀ ਮੰਗ ਕਰਦੇ ਕੀ ਹੋਣਾ ਚਾਹੀਦਾ ਤੁਸੀਂ ਵੀ ਜਿਵੇਂ ਤੁਹਾਡੀ ਹੁਣ 15 ਲੀਟਰ ਵਾਲੀ ਗਾਂ ਮਰ ਚੁੱਕੀ ਆ ਬੜੇ ਹੀ ਨੁਕਸਾਨ ਹੋ ਰਹੇ ਆ ਤੁਸੀਂ ਸਰਕਾਰ ਤੋਂ ਮਦਦ ਹੀ ਮੰਗਦੇ ਵੀ ਜਿੰਨੀ ਹੋ ਸਕੇ ਮਦਦ ਕੀਤੀ ਜਾਵੇ ਬਿਲਕੁਲ ਜੀ ਬਿਲਕੁਲ ਇੱਕ ਡੰਗਰਾਂ ਦਾ ਇਲਾਜ ਵਾਸਤੇ ਕੋਈ ਨਾ ਕੋਈ ਟੀਮਾਂ ਜਿਵੇਂ ਦੇ ਬਣਾਈਆਂ ਕੋਈ ਨਾ ਕੋਈ ਡਾਕਟਰ ਭੇਜਿਆ ਜਾਵੇ ਕੋਈ ਨਾ ਕੋਈ ਸਰਕਾਰੀ ਮਦਦ ਮਿਲ ਜੇ ਬਿਲਕੁਲ ਜੀ ਲਾਲ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਸਾਹਿਬ ਦੀ ਅੱਜ ਵੀਡੀਓ ਮੈਂ ਦੇਖ ਰਿਹਾ ਸੀ ਬੜੀ ਜਗ੍ਹਾ ਜਗ੍ਹਾ ਜਾ ਕੇ ਉਹ ਗੱਲਬਾਤ ਦੇਖ ਵੀ ਰਹੇ ਆ ਮੌਕੇ ਵੀ ਦੇਖ ਰਹੇ ਆ ਅਤੇ ਬਾਕੀ ਸਾਨੂੰ ਆਸ ਆ ਕਿਉਂਕਿ ਅੱਜ ਕੀ ਮਾਨ ਸਾਹਿਬ 'ਤੇ ਬੜੀਆਂ ਆਸਾਂ ਨੇ ਵੀ ਮਾਨ ਸਾਹਿਬ ਜੀ ਕਿਉਂਕਿ ਕਿਸਾਨ ਜ਼ਿਮੀਂਦਾਰ ਤਾਂ ਬਿਲਕੁਲ ਰਗੜੇ ਪਏ ਆ ਪੱਲੇ ਕੱਖ ਨਹੀਂ ਪਹਿਲਾਂ ਕੁਛ ਜ਼ਿਮੀਂਦਾਰ ਵਿਚਾਰੇ ਕਈ ਤੁਸੀਂ ਵੇਖੋਗੇ ਝੋਨੇ ਦੂਰੀ ਦੂਰੀ ਯਾਰ ਲਾਉਣ ਡਏ ਆ ਜੀ ਝੋਨੇ ਡੁੱਬ ਗਏ ਫਸਲਾਂ ਮਾਰੀਆਂ ਗਈਆਂ ਅਤੇ ਤੀਜੀ ਕਰੋਪੀ ਦੂਜੀ ਆਹ ਆ ਗਈ ਆ ਜੀ ਪਹਿਲਾਂ ਗਾਵਾਂ ਨੂੰ ਅਤੇ ਹੁਣ ਝੋਟੀਆਂ ਨੂੰ ਅਤੇ ਮੱਝਾਂ ਨੂੰ ਆ ਜਾਓ ਤੁਹਾਨੂੰ ਗਾਂ ਇੱਕ ਵੀਰ ਦੀ ਗਾਂ ਮਰ ਗਈ ਆ ਜੀ ਅਤੇ ਜ਼ਿੰਦਗੀ 'ਚ ਵੀਰਾਂ ਦਾ ਤੂੰ ਦੱਸ ਵੀ ਜ਼ਿੰਦਗੀ 'ਚ ਕਦੇ ਜਿੰਨਾ ਤੂੰ ਜ਼ਿੰਦਗੀ ਕਦੀ ਨਹੀਂ ਰੋਇਆ ਜਿੰਨੇ ਅੱਜ ਰੋਏ ਆ ਬਹੁਤ ਜ਼ਿਆਦਾ ਦੁਖੀ ਹੋ ਗਏ ਇੰਨਾ ਕੁ ਪੈਸਾ ਲਾ ਕੇ ਉੱਜੜ ਕੇ ਪੁੱਛ ਕੋ ਫਿਰ ਵੀ ਨਹੀਂ ਬਚੀ ਪੈਸਾ ਲਾ ਕੇ ਵੀ ਬਾਜੇ ਫਿਰ ਵੀ ਕੋਈ ਦੁੱਖ ਨਹੀਂ ਹੁੰਦਾ ਜੀ ਬਿਲਕੁਲ ਜੀ ਫਿਰ ਪੈਸਾ ਲੱਗਿਆ ਭੁੱਲ ਜਾਂਦਾ ਵੀਰ ਜੀ ਜੇ ਕਿਉਂਕਿ 15 ਲੀਟਰ ਦੁੱਧ ਸੀ ਚਲੋ ਆਪਣਾ ਪਰਿਵਾਰ ਬੱਚੇ ਪੜਾਉਂਦਾ ਸੀ ਆਪਦਾ ਚਲੋ ਜ਼ਮੀਨ ਜਾਇਦਾਦ ਤਾਂ ਹੈ ਹੀ ਹਿਸਾਬ ਦੀ ਆ ਚਲੋ ਗੁਜ਼ਾਰੇ ਹੀ ਚੱਲਦੇ ਆ ਅਤੇ ਬਾਕੀ ਹਾਂਜੀ ਨਰਵੈਲ ਸਿੰਘ ਜੀ ਤੁਸੀਂ ਵੀ ਦੋ ਵਿਚਾਰ ਦਿਓ ਵੀ ਤੁਹਾਡੇ ਕੀ ਵਿਚਾਰ ਜਿਹੜੇ ਸਰਕਾਰੀ ਡਾਕਟਰ ਆਉਂਦੇ ਨਹੀਂ ਗੇ ਇੰਨੀਆਂ ਇੰਨੀਆਂ ਸਰਕਾਰ ਤਨਖਾਹਾਂ ਦਿੰਦੀ ਆ ਨਾ ਕਦੇ ਗਲ ਘੋਟੂ ਡਾਕਟਰ ਆਣ ਕੇ ਵੜਿਆ ਹੀ ਨਹੀਂ ਗਾ 10 ਸਾਲ ਹੋ ਗਏ ਆ ਪ੍ਰਾਈਵੇਟ ਹੀ ਦੁਰਾ ਕਿੰਨਾ ਇਲਾਜ ਚੱਲ ਰਹੇ ਜਿੰਨਾ ਵੀ ਇਲਾਜ ਕਰਾਇਆ ਪ੍ਰਾਈਵੇਟ ਹੀ ਇਹਨੇ ਵੀ ਹੁਣ ਵੀਰ ਨੇ ਕਿੰਨਾ ਇਲਾਜ ਕਰਾਇਆ ਪੈਸਿਆਂ ਤੋਂ ਕਿਤੋਂ ਫੜ ਫੜ ਕੇ ਤਾਂ ਪੈਲੀਆਂ ਤੁਹਾਨੂੰ ਪਤਾ ਹੋਣੀ ਹੈਗਾ ਫਿਰ ਦੁਰਾ ਕਿੰਨਾ ਹੁੰਦਾ ਡੰਗਰਾਂ ਦੇ ਵੇਖੋ ਪੈਰਾਂ ਤੇ ਵੀ ਕੀ ਹਾਲ ਹੋ ਗਿਆ ਆ ਹੈ ਗਾਂ ਇਹਦੀ ਵਿਚਾਰੇ ਦੀ ਮਰ ਚੁੱਕੀ ਆ ਸੱਜਰ ਸੂਈ ਗਾਂ ਹੀ ਉਹ ਵਹਿੜ ਸੌਣ ਵਾਲੀ ਆ ਹੈ ਉਹਦੇ ਵੇਖੋ ਕਿੱਡੀ ਮੰਦੀ ਹਾਲਤ ਆ ਮੰਨ ਕੇ ਚਲੋ ਵੀ ਜੇ ਸਰਕਾਰ ਆਉਂਦੀ ਕੋਈ ਵੀ ਉਹ ਡਾਕਟਰ ਸਰਕਾਰੀ ਉਹਨਾਂ ਨੂੰ ਕਾਹਦੀਆਂ ਤਨਖਾਹਾਂ ਦਿੰਦੇ ਆ ਜੇ ਕਿਸੇ ਨੇ ਆਣ ਕੇ ਕਿਸੇ ਦੀ ਸਾਰ ਨਹੀਂ ਲੈਣੀ ਗਰੀਬ ਦੀ ਕਿਸੇ ਦੀ ਕੋਈ ਮਦਦ ਨਹੀਂ ਕਰਨੀ ਇਹਨਾਂ ਨੂੰ ਕਾਹਦੀਆਂ ਸਰਕਾਰੀ ਨੌਕਰੀਆਂ ਦੇ ਫਿਰ ਪ੍ਰਾਈਵੇਟ ਤੇ ਲੋਕੀ ਮਰਦੇ ਮਰਾਉਂਦੇ ਕਰਾਉਣ ਹੀ ਦੇ ਜੋ ਕੁਛ ਹੈਗਾ ਆ ਬਾਕੀ ਇਹ ਆ ਵੀ ਥੋੜ੍ਹਾ ਜਿਹਾ ਲਾਲਜੀ ਦੇ ਭੁੱਲਰ ਤੱਕ ਵੀ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਵੀ ਸਰਦਾਰ ਸਾਹਿਬ ਤੁਹਾਨੂੰ ਹੀ ਹੱਥ ਜੋੜ ਕੇ ਬੇਨਤੀ ਨਾਲ ਸਕੰਜਾ ਟੈਟ ਕਰੋ ਤੁਸੀਂ ਆਖਿਆ ਹੈਗਾ ਵੀ ਆਮ ਪਾਰਟੀ ਦਾ ਬਹੁਤ ਉਮੀਦਾਂ ਨੇ ਸਾਰਿਆਂ ਨੂੰ ਇਹਨਾਂ ਨੂੰ ਇੱਕ ਸਕੰਜਾ ਟੈਟ ਕਰੋ ਡਾਕਟਰ ਵੀ ਘਰ ਘਰ ਪਹੁੰਚਣ ਗਲ ਘੋਟੂ ਦੇ ਜਿਸ ਤਰ੍ਹਾਂ ਡੰਗਰਾਂ ਦੇ ਪੈਰ ਆਉਂਦੇ ਦਰਾ ਕਿ ਸਾਰੀ ਦਵਾਈ ਦਿੱਤੀ ਜਾਵੇ ਸਰਕਾਰੀ ਹਾਂਜੀ ਬਿਲਕੁਲ ਜੀ ਇਹ ਡਾਕਟਰਾਂ ਨੂੰ ਚਾਹੀਦਾ ਬਿਮਾਰੀ ਕਿਉਂਕਿ ਜੇ ਕਿਤੇ ਡਾਕਟਰ ਆਉਂਦੇ ਹੁੰਦੇ ਜਿਵੇਂ ਮੂੰਹ ਖੁਰਦੇ ਗਲ ਘੋਟੂ ਦੇ ਕਿਉਂਕਿ ਇਹ ਸਿੱਲ ਦੇ ਨਾਲ ਬਾਰਸ਼ਾਂ ਦੇ ਨਾਲ ਇੱਕ ਮੱਛਰ ਮੱਖੀ ਕਿਉਂਕਿ ਇੱਕ ਬੇਨਤੀ ਕਰਦਾ ਵੀਰ ਜੀ ਇਹਦਾ
खर्चा भी बहुत वीर ला चुका मम्मी, मेरिया भी दो गावां बीमार, मम्मी आपका खर्चा बहुत लाया वा, बाकी हुण थोड़ा जिहा बाकी मैनू थोड़ा जिहा देसी इलाज किसी ने दस्या सी, साडियां 20-25 वीर दियां गावां सीगियां, वह भी तुहानू मैं अखीर च दसूंगा किहड़ा नुकता वा की गलबात आ, वह भी तुहानू अखीर दे वीडियो एंड दे नुकता पाऊंगा, वह भी तुसीं अपना करिया जे, ते बाकी आपां देखदे आ जिहड़ी गां वीर दी बीमार आ उह भी देखदे जी। ਬਾਕੀ ਵੀਰ ਜੀ ਇੱਕ ਆਹ ਝੋਟੀ ਆ ਵੀਰ ਜੀ, ਇਹਦੇ ਕੀ ਹਿਸਾਬ ਕਿਤਾਬ ਆ ਮਾੜਾ ਦੱਸੋ, ਕਿੱਥੇ ਆਵੇ ਲੱਤ ਸੁੱਜੀ ਹੋਈ ਆ ਜੀ, ਮਾੜਾ ਲਾ ਹੱਥ ਮਾੜਾ ਜਿਹਾ ਦੱਸੀਏ। ਆਹ ਵੇਖੋ ਵੀਰ ਜੀ ਆਹ ਥੱਲਿਓ ਵੀ ਇਧਰੋਂ ਵੀ ਆ ਸਾਰੇ ਐਂ ਸੁੱਜ ਗਈ ਆ ਸਾਈਡ 'ਚ। ਹਾਂ ਵੇਖੋ ਕਿੰਨੀ ਸੁੱਜ ਪਈ ਆ ਜੀ, ਆਹ ਮੂੰਹ ਤੇ ਬਿਨਾਂ ਇਧਰਲੇ ਬੰਨੇ ਆ ਵੇਖੋ, ਆਹ ਥੱਲੜੇ ਬੰਨੇ ਨਾ ਥੋੜੇ ਜਿਹੇ ਆਏ ਦਾਣੇ ਜੇ। ਹਾਂਜੀ ਹਾਂਜੀ, ਆਹ ਬਿਲਕੁਲ ਆਹ ਲੱਤਾਂ ਵੀ ਆਹ ਕੀ ਹਾਲ ਹੋ ਗਿਆ ਮੱਝ ਦਾ ਜੀ, ਝੋਟੀ ਆ ਜੀ, ਤੇ ਅੱਗੇ ਵੀ ਜਿਹੜੀ ਵੀਰ ਦੀ ਗਾਂ ਮਰੀ ਆ ਜੀ 15 ਲੀਟਰ ਦੁੱਧ ਦੀ ਆ, ਤੇ ਬਾਕੀ ਹੁਣ ਸਹੀ ਜੇ ਸਹੀ ਜੇ ਮੱਝਾਂ ਨੂੰ ਵੀਰਾਂ ਦਾ ਮੈਂ ਇਲਾਜ ਕਰਾ ਕੇ ਉੱਜੜ ਗਿਆ ਹਾਂ ਬਿਲਕੁਲ ਹਿਸਾਬਣਾ, ਮੈਂ ਤੰਗ ਹਾਰ ਕੇ ਕਹਿੰਦਾ ਜ਼ਿੰਦਗੀ 'ਚ ਕਦੀ ਨਹੀਂ ਵੀਰ, ਕਹਿੰਦਾ ਮੈਂ ਰੋਇਆ ਹਿਸਾਬਣਾ ਜਿੰਨਾ ਅੱਜ ਇਹ ਵੀਰ ਤਕਲੀਫ ਚੱਲੀਏ, ਅਤੇ ਬਾਕੀ ਗਾਂ ਵੀ ਆਪਾਂ ਦੇਖਦੇ ਹਾਂ, ਗਾਂ ਵੀ ਦਿਖਾਓ ਵੀਰ ਜੀ, ਜਿਹੜੀ ਗਾਂ ਨੂੰ ਆਪਾਂ ਉਹ ਵੀ ਗੱਲ ਦੇਖਦੇ ਹਾਂ ਜੀ। ਜਿਹੜੇ ਵੀਰ ਮੇਰੇ ਕਈ ਰਸਤੇ 'ਚ ਗਾਵਾਂ ਸੁੱਟ ਜਾਂਦੇ ਆ ਵੀਰ ਜੀ, ਉਹਨਾਂ ਅੱਗੇ ਬੇਨਤੀ ਜੀ, ਟੋਆ ਪੱਟ ਕੇ ਨੱਪਿਆ ਕਰੋ, ਇਹਨਾਂ ਨੂੰ ਰਸਤੇ 'ਚ ਨਾ ਸੁੱਟਿਆ ਕਰੋ, ਕਿਉਂਕਿ ਬਿਮਾਰੀ ਬਹੁਤ ਭਿਆਨਕ ਆ ਜੀ ਇਹ। ਆਹ ਵੇਖੋ ਵੀਰ ਜੀ ਗਾਂ ਦੇ ਛੋਟੇ ਛੋਟੇ ਜਿਵੇਂ ਆਹ ਵੇਖੋ ਕਿਵੇਂ ਬਣੇ ਹੋਏ ਆ ਜੀ, ਇਸ ਤਰ੍ਹਾਂ ਹੀ ਇਹ ਜਿਵੇਂ ਧੱਫੜ ਜੇ ਬਣ ਜਾਂਦੇ, ਸਹੀਜੇ ਸਹੀਜੇ ਡੰਗਰ ਪੱਠੇ ਵੀ ਛੱਡ ਜਾਂਦਾ ਵਾ ਜੀ। ਅਤੇ ਬਾਕੀ ਤੁਹਾਨੂੰ ਵੀਰ ਜੀ ਬੇਨਤੀ ਆ, ਵੀਡੀਓ ਸ਼ੇਅਰ ਕਰਿਆ ਜੇ, ਸਰਕਾਰਾਂ ਤੱਕ ਪਹੁੰਚਾਇਆ ਜੇ, ਕਿਉਂਕਿ ਇੱਕ ਆਮ ਪਾਰਟੀ ਤਹਿਤ ਕੀ ਆਸਾਂ ਬਹੁਤ ਸੀਗੀ ਜੀ, ਥੋੜ੍ਹਾ ਜਿਹਾ ਡਾਕਟਰਾਂ 'ਤੇ ਸ਼ਿਕੰਜਾ ਕੱਸੋ ਵੀ, ਕਿਸੇ ਵੀ ਹਰ ਇੱਕ ਪਿੰਡ ਦੇ ਵਿੱਚ ਜਾਣਾ ਚਾਹੀਦਾ ਉਹਨਾਂ ਨੂੰ, ਭਾਵੇਂ ਕੋਈ ਗਰੀਬ ਆ ਭਾਵੇਂ ਕੋਈ ਅਮੀਰ ਆ, ਕੋਈ ਵੀ ਕਿਤਰਾਂ ਵੀ। ਅਤੇ ਆਹ ਵੇਖੋ ਕਿੰਨਾ ਹਿਸਾਬਣਾ, ਸਾਰੀ ਗਾਂ ਕਦੇ ਨੁਕਸਾਨ ਹੋਇਆ, ਅਤੇ ਬਾਕੀ ਇੱਕ ਗਾਂ ਵੀਰ ਦੀ ਮਰ ਚੁੱਕੀ ਹੈ ਜੀ। ਹਾਂਜੀ ਵੀਰ ਜੀ, ਇੱਕ ਗਾਂ ਮਰ ਚੱਲੀ ਹੈ, ਦੂਸਰੀ ਨੂੰ ਵੀ ਬਹੁਤ ਇਲਾਜ ਕਰਾ ਰਹੇ ਹਾਂ, ਵੇਖ ਲਓ ਜੋ ਕੁਛ। ਦੋ ਝੋਟੀਆਂ ਹੋ ਗਈਆਂ ਹਨਾ? ਹਾਂਜੀ ਦੋ ਝੋਟੀਆਂ ਹੋ ਗਈਆਂ। ਬਿਲਕੁਲ ਜੀ, ਆਪਾਂ ਮੱਝਾਂ ਨੂੰ ਸੁਣਿਆ ਨਹੀਂ, ਅਤੇ ਅੱਜ ਤੁਹਾਨੂੰ ਮੱਝਾਂ ਨੂੰ ਵੀ ਵਿਖਾ ਦਈ ਆ ਵੀ, ਔਰ ਮੱਝਾਂ ਨੂੰ ਵੀ ਪੈ ਗਈ ਆ ਜੀ, ਅਤੇ ਬਾਕੀ ਤੁਹਾਨੂੰ ਇਹਦਾ ਨੁਕਤਾ ਵੀ ਦੱਸਦਾ ਐਂਡ 'ਚ ਵਿੱਚ ਵੀਡੀਓ 'ਤੇ ਵੇਖਿਆ ਜੀ, ਸਾਰੀ ਗੱਲਬਾਤ ਦੱਸੂੰਗਾ ਵੀ ਇਹਦਾ ਇਲਾਜ ਵੀ ਕੀ ਹੈਗਾ ਵੀਰ ਜੀ, ਕਿਉਂਕਿ ਮੰਮੀ ਬਹੁਤ ਪੈਸੇ ਲਾਏ ਆ, ਕਿਉਂਕਿ ਸਰਕਾਰੀ ਡਾਕਟਰਾਂ ਨੂੰ ਵੀ ਵਿਖਾਓ, ਅਤੇ ਬਾਕੀ ਆਪਦਾ ਓੜ ਪੋੜ ਵੀ ਕਰੋ ਨਾਲ, ਬਾਕੀ ਕਿਉਂਕਿ ਇਹ ਮੱਖੀ ਤੋਂ ਮੱਛਰ ਤੋਂ ਬਹੁਤ ਜ਼ਿਆਦਾ ਇਹ ਭਿਆਨਕ ਬਿਮਾਰੀ ਜਿਹੜੀ ਫੈਲ ਰਹੀ ਆ ਜੀ। ਅਤੇ ਬਾਕੀ ਇੱਕ ਥੋੜ੍ਹਾ ਜਿਹਾ ਛਿੜਕਾਅ ਜ਼ਰੂਰ ਕਰਿਆ ਕਰੋ ਜਿਵੇਂ ਆਪਣੀ, ਅਤੇ ਬਾਕੀ ਵੀਰ ਜੀ ਇੱਕ ਬੇਨਤੀ ਆ ਵੀ ਇਹਨਾਂ ਦੇ ਉੱਤੇ ਛਿੜਕਾਅ ਕਰੋ ਫਰਨੈਲ, ਜਿਵੇਂ ਕੁਝ ਨਾਲ ਜਿਵੇਂ ਡਿਟੋਲ ਦੇ ਵਿੱਚ ਪਾ ਕੇ ਸੀਸੀ ਦੇ ਵਿੱਚ, ਥੋੜ੍ਹਾ ਜਿਹਾ ਡਿਟੋਲ ਵਾਲੀ ਸੀਸੀ ਵਿੱਚ ਪਾ ਕੇ ਤੇਲ, ਸਰ੍ਹੋਂ ਦਾ ਤੇਲ ਪਾ ਕੇ, ਅਤੇ ਨਾਲ ਫਰਨੈਲ ਦਾ ਤੇਲ ਅਤੇ ਥੋੜ੍ਹੀ ਜਿਹੀ ਸਰ੍ਹੋਂ ਦਾ ਤੇਲ ਮਿਲਾ ਕੇ, ਕਿਉਂਕਿ ਸਮੈਲ, ਕਿਉਂਕਿ ਜਿੱਦਾਂ 'ਤੇ ਮੱਖੀ ਮੱਛਰ ਨਾ ਪਵੇ, ਅਤੇ ਜਦੋਂ ਆਪਾਂ ਇਹ ਚੀਜ਼ਾਂ ਪਾਵਾਂਗੇ ਮੱਖੀ ਮੱਛਰ ਇਹਨਾਂ ਦੇ ਲਾਗੇ ਨਹੀਂ ਆਉਂਦਾ, ਕਿਉਂਕਿ ਇਹ ਸਹੀਜੇ ਸਹੀਜੇ ਪਾਣੀ ਭਰ ਜਾਂਦਾ ਵਿੱਚ, ਆਹ ਵੇਖੋ ਇਹਨਾਂ ਦੇ ਪਾਣੀ ਭਰਿਆ ਹੋਇਆ, ਅਤੇ ਸਹੀਜੇ ਸਹੀਜੇ ਗਾਵਾਂ ਇਹ ਅੰਦਰ ਚੱਲ ਜਾਂਦੀ ਹੈ ਬਿਮਾਰੀ, ਕਿਉਂਕਿ ਅੰਦਰ ਇਹਨਾਂ ਦੇ ਜ਼ਖਮ ਬਣ ਜਾਂਦੇ ਆ, ਛਾਲੇ ਬਣ ਜਾਂਦੇ ਆ ਜੀ, ਬਹੁਤ ਭਿਆਨਕ ਬਿਮਾਰੀ ਇਹ। ਗੁਜਰਾਤ ਅਤੇ ਰਾਜਸਥਾਨ 'ਚੋਂ ਸ਼ੁਰੂ ਹੋਈ ਆ, ਸਹੀਜੇ ਸਹੀਜੇ ਆਪਣੇ ਇਲਾਕੇ 'ਚ ਆ ਗਈ ਆ, ਕਿਉਂਕਿ ਜਿਹੜੇ ਡੰਗਰ ਵਪਾਰੀ ਖਰੀਦ ਕੇ ਲਿਆਉਂਦੇ ਆ ਪਾਸਿਓਂ, ਸਹੀਜੇ ਸਹੀਜੇ ਇਹ ਹਵਾ ਦੇ ਨਾਲ ਹੀ ਆ ਰਹੀ ਹੈ ਜੀ। ਅਤੇ ਬਾਕੀ ਵੀਡੀਓ ਐਂਡ ਤੱਕ ਵੇਖਿਆ, ਤੁਹਾਨੂੰ ਹੋਰ ਵੀ ਵੀਡੀਓ ਨਾਲ ਐਂਡ ਤੱਕ ਵੇਖੋ, ਤੁਹਾਨੂੰ ਵਿਖਾਉਣੇ ਕਿੰਨੀਆਂ ਗਾਵਾਂ ਅਤੇ ਕਿੰਨੇ ਸਿਸਟਮ, ਜਿਹੜੇ ਕਿਹੜੇ ਕਿਹੜੇ ਵੀਰ ਇਹ ਹੋਈ ਆ, ਅਤੇ ਬੜੇ ਵੀਰਾਂ ਦੇ ਫੋਨ ਆ ਰਹੇ ਆ, ਅਤੇ ਅਜੇ ਪਹੁੰਚਿਆ ਨਹੀਂ ਜਾ ਰਿਹਾ ਜਿੰਨੇ ਵੀਰ ਫੋਨ ਕਰ ਰਹੇ। ਬਾਕੀ ਮੈਂ ਇਹ ਵੀਡੀਓ ਸ਼ੇਅਰ ਕਰਿਆ ਜੇ ਸਰਕਾਰਾਂ ਤੱਕ ਪਹੁੰਚਾਓ ਵੀ ਜਿਹੜੇ ਡਾਕਟਰ ਅਜੇ ਤੱਕ ਸਾਡੇ ਨਾ ਕਦੀ ਮੂੰਹ ਖੋਰਦੀ ਅਤੇ ਨਾ ਕਦੀ ਗਲ ਘੋਟੂ ਦੇ, ਅੱਜ ਤੀਕਰ ਕੋਈ ਵੀਰ ਦੱਸਦਾ ਵੀ ਅਜੇ ਤੱਕ ਕੋਈ ਨਹੀਂ ਪਹੁੰਚਿਆ ਜੀ। ਇਸ ਤਰ੍ਹਾਂ ਹੀ ਸਹੀਜੇ ਸਹੀਜੇ ਬਿਮਾਰੀਆਂ ਵੱਧਦੀਆਂ ਵੱਧ ਜਾਂਦੀਆਂ ਜੀ, ਬਾਕੀ ਨੁਕਸਾਨ ਬਹੁਤ ਹੋਇਆ ਜੀ। ਸਰਕਾਰ ਨੂੰ ਚਾਹੀਦਾ ਵੀ ਥੋੜ੍ਹਾ ਬਹੁਤ, ਚਲੋ ਜਿਹੜੀਆਂ ਆਹ ਹੁਣ ਗਾਵਾਂ ਤੋਂ ਬਾਅਦ ਹੁਣ ਜਿਹੜਾ ਮੱਝਾਂ ਦਾ ਆਵੇ, ਹੁਣ ਵਿਚਾਰੀਆਂ ਨਾ ਬੈਠਾ ਹਾਰ ਕੇ ਕਿੰਨਾ ਕੁ ਚਿਰ ਡੰਗਰ ਬੈਠਾ ਰਹੂ, ਖਲੋਤਾ ਰਹੂਗਾ, ਅਤੇ ਹੁਣ ਨਾ ਬੈਠਾ ਜਾਂਦਾ ਵਿਚਾਰੀ ਫਿਰ ਉੱਠ ਵੀ ਆ, ਕਿਉਂਕਿ ਨਹੀਂ ਜ਼ਿਆਦਾ ਟਾਈਮ ਬੈਠਾ ਜਾਂਦਾ। ਵੇਖੋ ਕਿੰਨਾ ਸੋਜ ਅਤੇ ਕੀ ਗੱਲਬਾਤ ਆ, ਸਹੀਜੇ ਸਹੀਜੇ ਮੱਝਾਂ ਨੂੰ ਵੀ ਹੋ ਰਹੀ ਆ ਜੀ। ਅਤੇ ਤਕੜੇ ਹੋ ਕੇ ਆਮ ਆਦਮੀ ਪਾਰਟੀ ਸਰਕਾਰ ਅੱਗੇ ਬੇਨਤੀ ਹੈ ਜੀ, ਥੋੜ੍ਹਾ ਜਿਹਾ ਡਾਕਟਰਾਂ ਨੂੰ ਖਿੱਚ ਕੇ ਵੀ ਕਹੋ ਵੀ ਜਿੱਥੇ ਵੀ ਕਿਤੇ ਹਰ ਇੱਕ ਪਿੰਡ ਪਿੰਡ ਹਰ ਇੱਕ ਘਰ ਪਹੁੰਚੋ ਜੀ, ਵੀ ਇਹ ਨਹੀਂ ਜਿਵੇਂ ਪਹਿਲੋਂ ਕਰੋਨਾ ਦੇ ਵਿੱਚ ਹੋਇਆ ਅਤੇ ਹੁਣ ਸਹੀਜੇ ਸਹੀਜੇ ਕਰੋਨਾ ਨਾਲ ਭੈਰੀ ਨਾਮਰਾਦ ਬਿਮਾਰੀ ਇਹ ਚਿੰਬੜ ਗਈ ਹੈ ਜੀ। ਆਹ ਵੇਖੋ ਵਿਚਾਰੀ ਦੇ ਕਿੱਡੇ ਮੰਦੇ ਹਾਲਾਤ ਆ ਵਿਚਾਰੀ ਦੇ, ਇਸ ਤਰ੍ਹਾਂ ਹੀ ਹੈ ਸਹੀਜੇ ਸਹੀਜੇ ਜ਼ਖਮ ਹੋ ਰਹੇ ਆ ਅਤੇ ਸਹੀਜੇ ਸਹੀਜੇ ਬਿਮਾਰ ਹੋ ਰਹੇ ਆ ਡੰਗਰ ਜੀ। ਡਿਟੋਲ ਤੇਲ ਪਾ ਕੇ ਅਤੇ ਫਰਨੈਲ ਪਾ ਕੇ
थोड़ा जिहा विच सरों का तेल पा के स्प्रे करो, छिड़का करो रोज़ पशुआं ते। ते बाकी जिहड़ा तुहानूं नुकता दस रहा वे को वी भी जिहड़ा काली मिर्च, हल्दी, काली जीरी मिला के ते वधिया दही दे विच इन्हां नूं काढ़ा दिता जावे जां जितना भी कितना इन्हां नूं खवाया जावे, जिवें रोटी दे विच खवा लैण जां किसे पेड़े दे विच जितना भी कितना जां काढ़ा बना के इनू दियो, दिनों दिन फर्क पै जूगा। क्योंकि ये भी इलाज साढ़े कोई रिश्तेदार दे भी 25 डंगर उन्होंने सारिया गावं बीमार आ। वीर ने मैनू फोन ला के दस्या, वीर जी असी 2-3 दिन पैसे ला के तो उजड़ चुके हैं, बाकी उन्होंने आपका देसी इलाज भी शुरू किया जी, हुण गावं थोड़े बहुत उन्होंने पट्ठे खाने शुरू करते आ जी। तो बाकी वीडियो वो तो वह शेयर करो जी ये वीर, क्योंकि वीर नाल बहुत धक्का होया, क्योंकि कभी जिंदगी वीर आए आ वीर कदे इन्ना दसदा भी मैं कभी रोया नहीं, कभी मेरे अख चो कहिंदा जिन्नी हिसाब नाल मैं अज रोया, क्योंकि एक गां चलेगी दूजी फिर हिसाब नाल तैयार आ, क्योंकि वाहिगुरू सच्चे पातशाह सुख रखे। क्योंकि जिहड़ी बीमारी आ क्योंकि पता नहीं आ, क्योंकि नामरात बीमारी आ, जिवें क्योंकि इन्ने इन्ने पैसे ला के डंगर लई दे, डंगर कितें लैना सौखा नहीं, लख लख रुपये की मझ आउंदी आ, लख लख रुपये की गां आउंदी आ जी। ते होर वीर जी कोई अवतार सिंह जी कोई तुहाडे की राय वा, जो सरकार कोलों मंग करो भी वध तो वध साढ़े डॉक्टरी सहूलत चाहिए है, डॉक्टरी सहूलत चाहिए भी जोड़े अपने पशुओं अगले अगे ही बचा हो जाए, जो पिछे होना हो तो चलो हो गया जी। बिल्कुल जी बिल्कुल, हाँ जी अगे ही बचा हो जाए, चलो बिल्कुल गाँ ना नुकसान हो। हाँ जी हाँ जी, यो एक बेनती है जी। तो बाकी वीडियो वीर जी वो वो शेयर कर बाकी, क्योंकि जोड़ा भी इलाज तू दसा गरंटी ना तुम करके वेखो, तू खुद पता लग जाना वा, क्योंकि थोड़ा बहुत ओड़ पुड़ करना ही पेगा, क्योंकि चलो आपका डॉक्टर की भी सलाह लो नाल आपका देसी इलाज भी जरूर करना चाहिए। चलो वाहगुरू सच्चे पातशाह मोड़ पैंदा पै जे, है ना। ठीक है वीर जी, धन्यवाद, वाहिगुरू जी का खालसा वाहिगुरू जी की फतेह।